ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਸਾਥੀ ਰਿਹਾ ਕਰੋ, ਸਾਥੀ ਰਿਹਾ ਕਰੋ। ਤੁਸੀਂ ਮਾਰਨਾ ਚਾਹੁੰਦੇ ਹੋ? ਮਾਰਨਾ ਚਾਹੁੰਦੇ ਹੋ? ਜੇ ਅੱਜ ਚਾਰ ਮਰ ਗਏ ਤਾਂ ਤੁਸੀਂ ਸਾਰੇ ਮਰ ਗਏ। ਜੇ ਪਰਿਵਾਰ ਮਰਨ ਦੀ ਦਾਤ ਚ ਆਇਆ, ਸ਼ਹਿਰ ਖਤਮ ਹੋਏਗਾ। ਕਿ ਅਜੇ ਕੁਝ ਨਹੀਂ ਕਹਿਣਾ ਚਾਹੁੰਦੇ, ਲੇਕਿਨ ਇਹਦੇ 'ਤੇ ਜਿਹੜੇ ਸਾਡੇ ਸੀਨੀਅਰ ਆਫਿਸਰ ਨੇ ਉਹਨਾਂ ਦੇ ਨਾਲ ਅਸੀਂ ਸਲਾਹ ਮਸ਼ਵਰਾ ਕਰਾਂਗੇ। ਜੋ ਸਲਾਹ ਸਾਹਮਣੇ ਆਊਗੀ ਸਾਰਿਆਂ ਦੀ ਸਹੀ, ਉਹਦੇ 'ਤੇ ਅਸੀਂ ਅਮਲ ਕਰਾਂਗੇ। ਵੇਖੋ, ਪੁਲਿਸ ਨੇ ਜੋ ਐਫੀਡੇਵਿਟ ਦਿੱਤਾ, ਕੋਈ ਫੈਕਟ 'ਤੇ ਹੀ ਗੱਲ ਹੁੰਦੀ ਆ। ਕੋਰਟ ਦੇ ਵਿੱਚ ਕਦੇ ਵੀ ਕੋਈ ਝੂਠੀ ਗੱਲ ਨਹੀਂ ਕੀਤੀ ਜਾਂਦੀ, ਕਿਉਂਕਿ ਦੇਣ ਵਾਲੇ ਨੂੰ ਵੀ ਪਤਾ ਹੁੰਦਾ। ਜੇ ਅਦਾਲਤ ਦੇ ਵਿੱਚ ਕੋਈ ਬਿਨਾਂ ਸਬੂਤਾਂ ਤੋਂ ਗੱਲ ਅਸੀਂ ਪੇਸ਼ ਕਰਾਂਗੇ ਤਾਂ ਉਹਦੇ 'ਤੇ ਉਲਟੀ ਗੱਲ ਵੀ ਪਊਗੀ। ਫਗਵਾੜਾ 'ਚ ਉਸ ਸਮੇਂ ਫਿਰ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਜਦੋਂ 13 ਅਪ੍ਰੈਲ 2018 ਨੂੰ ਗੋਲ ਚੌਂਕ ਫਗਵਾੜਾ ਵਿਖੇ ਵਾਪਰੇ ਗੋਲੀ ਕਾਂਡ ਦੇ ਮੁੱਦੇ 'ਚ ਜਿਨ੍ਹਾਂ 4 ਹਿੰਦੂ ਨੇਤਾਵਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ, ਉਹਨਾਂ ਦੀ ਰਿਹਾਈ ਲਈ ਜਨਰਲ ਸਮਾਜ ਵੱਲੋਂ ਹਨੂੰਮਾਨਗੜ੍ਹੀ ਮੰਦਰ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਜੋ ਰੋਸ ਪ੍ਰਦਰਸ਼ਨ ਦੀ ਕੌਲ ਦਿੱਤੀ ਗਈ, ਉਸ ਤਹਿਤ ਅੱਜ ਬੰਗਾ ਰੋਡ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜਿਸ ਨੂੰ ਦੇਖਦੇ ਹੋਏ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਪਰ ਨਾਲ ਹੀ ਜਨਰਲ ਸਮਾਜ ਵਿੱਚ ਧੜੇਬੰਦੀ ਵੀ ਸਾਫ਼ ਤੌਰ 'ਤੇ ਦਿਖਾਈ ਦਿੱਤੀ, ਜਿੱਥੇ BJP ਦੇ ਸੀਨੀਅਰ ਆਗੂ ਸੜਕ 'ਤੇ ਬੈਠ ਕੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਉੱਥੇ ਹੀ ਦੂਜੇ ਪਾਸੇ ਕੁਝ ਕਾਂਗਰਸੀ ਆਗੂ ਧਰਨੇ ਵਿੱਚ ਬੈਠਣ ਦੀ ਬਜਾਏ ਇੱਕ ਪਾਸੇ ਸਾਈਡ 'ਤੇ ਖੜ੍ਹ ਕੇ ਸਮਰਥਨ ਦਿੰਦੇ ਦਿਖਾਈ ਦਿੱਤੇ। ਸੂਤਰਾਂ ਦੇ ਹਵਾਲੇ ਤੋਂ ਕੁਝ ਜਨਰਲ ਸਮਾਜ ਦੇ ਆਗੂਆਂ ਦਾ ਪੁਲਿਸ ਪ੍ਰਸ਼ਾਸਨ ਨਾਲ ਤਾਲਮੇਲ ਵੀ ਹੋਇਆ ਸੀ, ਜਿਸ ਕਾਰਨ ਕਈ ਉੱਘੇ ਚਿਹਰੇ ਧਰਨੇ ਵਿੱਚ ਵੀ ਨਹੀਂ ਦਿਖਾਈ ਦਿੱਤੇ ਅਤੇ ਕੁਝ ਆਗੂ ਜਿਹੜੇ 2018 'ਚ ਛਾਤੀ ਠੋਕ ਕੇ ਕਹਿੰਦੇ ਸੀ ਕਿ ਅਸੀਂ ਆਪਣੇ ਸਮਾਜ ਦੇ ਇਨਸਾਫ਼ ਲਈ ਆਪਣੀਆਂ ਸਿਆਸੀ ਪਾਰਟੀਆਂ ਵੀ ਛੱਡ ਦੇਵਾਂਗੇ, ਉਹਨਾਂ ਆਗੂਆਂ 'ਚੋਂ ਕਈ ਤਾਂ ਆਏ ਹੀ ਨਹੀਂ। ਜੇਕਰ ਕੋਈ ਆਇਆ ਵੀ ਤਾਂ ਉਹ ਸਿਰਫ਼ ਸਾਈਡ 'ਤੇ ਖੜ੍ਹਾ ਹੋ ਕੇ ਚਲਾ ਗਿਆ। ਪਰ ਫਿਰ ਵੀ ਦੁਕਾਨਦਾਰਾਂ ਵੱਲੋਂ ਬਾਜ਼ਾਰ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਆਰੋਪ ਲਗਾਏ ਹਨ ਕਿ ਜੇਲ੍ਹ 'ਚ ਬੰਦ 4 ਹਿੰਦੂ ਨੇਤਾਵਾਂ ਦੀ ਜ਼ਮਾਨਤ ਹੋ ਜਾਣੀ ਸੀ, ਪਰ ਪੁਲਿਸ ਵੱਲੋਂ ਝੂਠਾ ਐਫੀਡੇਵਿਟ ਦੇਣ ਕਾਰਨ ਉਹਨਾਂ ਦੀਆਂ ਜ਼ਮਾਨਤਾਂ ਰੱਦ ਹੋ ਗਈਆਂ। ਉਹਨਾਂ ਆਰੋਪ ਲਗਾਇਆ ਹੈ ਕਿ ਪੁਲਿਸ ਉਹਨਾਂ ਨਾਲ ਧੱਕਾ ਕਰ ਰਹੀ ਹੈ। ਇਸ ਮੌਕੇ ਉਹਨਾਂ ਵੱਲੋਂ SDM ਫਗਵਾੜਾ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਕੀਤੀ ਜਾਵੇ ਅਤੇ ਨਾਲ ਹੀ ਆਰੋਪੀ ਪੁਲਿਸ ਕਰਮੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਨਾਲ ਹੀ ਉਹਨਾਂ ਐਲਾਨ ਕੀਤਾ ਹੈ ਕਿ ਜੇਕਰ ਇਸ ਦਾ ਹੱਲ ਨਾ ਹੋਇਆ ਤਾਂ 24 ਫਰਵਰੀ ਨੂੰ ਉਹਨਾਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਵੱਖ ਵੱਖ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ਼ ਵੀ ਜੰਮ ਕੇ ਵਾਰ ਕੀਤੇ। ਜਨਰਲ ਸਮਾਜ ਦੀ ਆਗੂ ਚੰਦਾ ਰੇਖਾ ਨਿੱਕੀ ਨੇ ਆਪਣੇ ਸੰਬੋਧਨ 'ਚ ਸਿੱਧਾ ਐਲਾਨ ਕਰ ਦਿੱਤਾ ਕਿ ਜਿਹੜੇ 4 ਹਿੰਦੂ ਨੇਤਾ ਜੇਲ੍ਹ ਵਿੱਚ ਬੰਦ ਹਨ, ਸਾਰਾ ਸਮਾਜ ਉਹਨਾਂ ਦੇ ਪਰਿਵਾਰਾਂ ਨਾਲ ਖੜ੍ਹਾ ਹੈ। ਉਹਨਾਂ ਪੁਲਿਸ 'ਤੇ ਸਿੱਧਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜੇਕਰ ਪੁਲਿਸ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਕਰਦੀ ਤਾਂ ਸ਼ਹਿਰ ਵਿੱਚ ਇੰਨਾ ਵੱਡਾ ਨੁਕਸਾਨ ਨਹੀਂ ਹੋਣਾ ਸੀ। ਔਰ ਤੁਸੀਂ ਇਹ ਗੱਲ ਸਮਝੋ ਕਿ ਜਿਹੜੇ 4 ਪਰਿਵਾਰਾਂ ਦੇ ਬੱਚੇ ਅੰਦਰ ਆ, ਉਹਨਾਂ ਦੇ ਪਰਿਵਾਰ ਇਹ ਕਹਿ ਰਹੇ ਆ ਕਿ 24 ਨੂੰ ਅਸੀਂ ਮਰਨ ਵਰਤ ਰੱਖਣਾ। ਕਹਿਣ ਦਾ ਮਤਲਬ ਕਿ ਉਹ ਮਰਨ ਦੀ ਤਦਾਦ ਦੇ ਵਿੱਚ ਆ। ਤੁਸੀਂ ਮਾਰਨਾ ਚਾਹੁੰਦੇ ਹੋ? ਮਾਰਨਾ ਚਾਹੁੰਦੇ ਹੋ? ਫਿਰ ਆਪਾਂ ਕੀ ਕਰਨਾ? ਸਾਥ ਦੇਣਾ। ਔਰ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗੀ, ਜਿੰਨੇ ਲੋਕ ਆਪਾਂ ਇੱਥੇ ਹੈਗੇ ਹਾਂ, ਆਪਣੇ ਨਾਲ ਜਿਹੜੇ ਵੀ 20-25 ਹੋਰ ਵੀ ਆ, ਸਾਰਿਆਂ ਨੂੰ ਬੁਲਾਉਣਾ ਸ਼ੁਰੂ ਕਰੋ। ਅਸੀਂ ਇਹ ਛੱਡਣਾ ਨਹੀਂ ਕਿ ਜੇ ਸਾਡੇ, ਦੇਖੋ ਸਾਡੀ ਪੁਲਿਸ ਨੇ ਗਲਤੀ ਕੀਤੀ ਹੈ, ਇਹ ਪੁਲਿਸ ਆਪਣੀ ਗਲਤੀ ਛੁਪਾਉਣ ਦੀ ਖਾਤਰ ਸਾਡੇ ਨਾਲ ਧੱਕਾ ਕਰ ਰਹੀ ਆ। ਪੁਲਿਸ ਕਿਹੜੇ ਕੰਮ ਦੇ ਵਿੱਚ ਕਾਮਯਾਬ ਆ? ਤੁਸੀਂ ਸਾਰੇ ਫਗਵਾੜੇ ਦੇ ਬੰਦੇ ਸੱਚ ਬੋਲੋਗੇ, ਕਿਉਂਕਿ ਪੁਲਿਸ ਆਪਣੀਆਂ ਨਾਕਾਮੀਆਂ ਛਪਾਉਣ ਦੀ ਖਾਤਰ ਸਾਨੂੰ ਦਬਾ ਰਹੀ ਆ। ਪੁਲਿਸ ਸਾਡੇ ਸ਼ਹਿਰਾਂ 'ਚ ਚੋਰੀ ਹੋ ਰਹੀ ਆ, ਬੰਦ ਕਰਾ ਸਕੀ? ਨਹੀਂ। ਸਾਡੇ ਨਿਆਣੇ ਲੜ ਰਹੇ ਆ, ਬੰਦ ਕਰਾ ਸਕੀ? ਨਹੀਂ। ਉਸ ਦਿਨ ਦੀ ਗਲਤੀ ਕਿਹਦੀ ਸੀ? ਪੁਲਿਸ ਦੀ। ਜੇ ਪੁਲਿਸ ਆਪਣੀ ਸਹੀ ਕਾਰਜਕਾਰੀ ਕਰਦੀ, ਸਾਡੇ ਬੱਚੇ ਆਪਸ 'ਚ ਲੜਦੇ ਨਾ, ਸਾਡੇ ਸਾਰੇ ਬੱਚੇ ਸਾਡੇ ਘਰ ਦੇ, ਸਾਡੇ ਸ਼ਹਿਰ ਦੇ, ਸਾਡੇ ਪਰਿਵਾਰ ਆ, ਸਾਡੇ ਬੱਚੇ ਮਰਵਾ ਵੀ ਪੁਲਿਸ ਰਹੀ, ਅੰਦਰ ਵੀ ਪੁਲਿਸ ਕਰਾ ਰਹੀ,
और अज धक्का भी पुलिस कर रही। और तुसी सारे इस चीज़ नूं ध्यान रखो, अपने बच्चों सारे नूं मैं गल कहूँगी, कभी किसी ना भेदभाव ना रखियो, पर किसी के हाथी भी ना चढ़ियो। पुलिस ने अपने हाथी चढ़ा के सारे बच्चों नूं गुमराह करके अपनी अपनियां रोटियां सेक रहे हैं। पर अज भी उन्होंने गलत बयान दिता है। चांद नूं पता कि साडे बच्चे कितां दे आ, डी एस पी नूं पता साडे बच्चे कितां दे आ। तुसी किसी ने उन्होंने चोरी करते देखिया? किसी ने चोरी करते देखिया? किसी ने कुछ उन्होंने गलत काम करते देखिया? क्रिमिनल किदा उन्होंने कहा कि साडे वो बच्चे क्रिमिनल ने, साडे बच्चे क्रिमिनल नहीं आ। उन्होंने एफ आई आर जिहड़ियां कीतियां वो गलत कीतियां, और उन्होंने गलत कर दे, उन्होंने साडे नाल भी धक्का करता। जे अज चार मर गए तो तुसी सारे मर गए। ये मैं ऐलान करती हाँ, असी सारे संगठन, सारा समाज, जनरल समाज, असी सारे इस परिवार के नाल खड़े हाँ। जे परिवार मरण की दता चाया, शहर खत्म होएगा। शहर के बेच इन्हें असी खड़ा लैन बना के खड़ा। एक कसम खा लो कि एक दे नाल आप सारे 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 जन खड़ा। और जे तुसी अज नहीं खड़ सकते तो अपने लिए भी कुछ नहीं कर सकते। ये पक्की गल आ। अज चपेड़ इन्होंने पई है, कल तैयार रखो, अपने मुंह पूरे सवार के रखो, हर एक बच्चे उन्होंने गुमराह करना। चंदा रेखा निक्की ने प्रशासन से वरदिया कहा है कि जेकर साड़िया मंगा ना मनिया गई तो 24 फरवरी नूं यह चार परिवार नहीं सगो सारा शहर मरेगा। और चोरी च नहीं फसियो, उन्होंने कोई कतल नहीं किए। प्लीज रिक्वेस्ट आ कि साड़िया मंगा जड़िया है वह सही रखो। जे साडे बच्चे तुसी इन्ने महीने तो अंदर रखे, असी तुहाडा साथ दिता, असी तुहाडियां गल्लां मन्नियां, असी हर चीज़ मन्नी, पर तुसी नहीं मन रहे। हुण असी एक लास्ट वार्निंग, अज तुहानू मंग पत्र जरूर दे देना शांति नाल, पर 24 नूं इह चार नहीं मरणगे, सारा शहर मरूगा। इस मौके SGM फुगवाड़ा ने कहा है कि उन्हां वालों उच्च अधिकारियों नाल गलबात करके जल्दी इसका हल कढ़िया जाएगा। नाल ही उन्हां प्रदर्शनकारियों वालों पुलिस से लगाए जा रहे आरोपों बारे कहा कि इस बारे वह हाले कुछ नहीं कहना चाहते, जो भी जांच सामने आएगा उस हिसाब नाल गलबात की जाएगी। पढ़िया जाना बाकी है, हुणे लैके तुहाडे सामने आ रहे हैं। तो जिहड़ा उन्होंने जबानी तौर पर कहा कि वो जिहड़े चार बंदे अंदर ने उन्होंने जिहड़ा रिहा किया जाए, कुछ मामले अदालत च ने, असी अदालत फोन करके अजे कुछ नहीं कहना चाहते, लेकिन ये जोड़े साढ़े सीनियर ऑफिसर ने उन्होंने नाल असी सलाह मशवरा करा, जो सलाह सामने आऊगी सारे की सही वो असं अमल करा। एक एफीडेविट दिता गया जिद चारा क्रिमिनल किया गया, और उन्होंने पुलिस अफसर से जिद वालों भी एफीडेविट है सस्पेंड कार्रवाई की जाए, वे देखो पुलिस ने जो एफीडेविट दिता कोई फैक्ट से ही गल हों, कोर्ट के कद भी कोई झूठी गल नहीं की जाती, क्योंकि देने वाले भी पता हों जे अदालत के कोई बिना सबूतों तो गल ही पेश करा तो वह उल्टी गल भी पेगी। जिन्ना चिर विचार नहीं करांगे, असीं पढ़ांगे नहीं, जो फैक्ट सामने नहीं आउणगे, जे कोई दोषी होगा उहदे ते असीं जिहड़ा वा अफसरां नूं कहांगे, सीनियर अफसरां नूं कार्रवाई करो जे किसे ने कुछ गलत कीता हो। प्रशासन वालों मिले भरोसे तो बाद शहर खोल दिता गया। फगवाड़ा तो यश शर्मा की रिपोर्ट। नवियां ते ताजा खबरां सब तो पहला देखण लई साडा YouTube चैनल लाइक ते सब्सक्राइब करो सांझ टीवी, अते नाल ही दबाओ घंटी दा बटन।